ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਡਾਹ ਫਿਲਮਸ ਨੂੰ। ਅਮਰਿੰਦਰ ਗਿੱਲ ਬਾਲੀਵੁੱਡ ਦੇ ਇੱਕ ਐਸੇ ਸਿਤਾਰੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਬੜੇ ਹੀ ਘੱਟ ਐਕਟਿਵ ਰਹਿੰਦੇ ਨੇ, ਪਰ ਜਦੋਂ ਵੀ ਕੁਝ ਅਪਲੋਡ ਕਰਦੇ ਨੇ ਤਾਂ ਫੈਨਸ ਨੂੰ ਐਕਸਾਈਟਿਡ ਕਰ ਜਾਂਦੇ ਨੇ। 11 ਮਈ 2018 ਨੂੰ ਪਾਈ ਅਮਰਿੰਦਰ ਗਿੱਲ ਨੇ ਸੋਸ਼ਲ ਮੀਡੀਆ ਤੇ ਇਹ ਫੋਟੋ, ਜਿਹਦੀ ਕੈਪਸ਼ਨ ਵਿੱਚ ਲਿਖਿਆ ਅਸ਼ਕੇ 27 ਜੁਲਾਈ, ਜਿਸ ਤੋਂ ਲੋਕਾਂ ਨੇ ਇਹ ਅੰਦਾਜ਼ਾ ਲਗਾਇਆ ਕਿ ਇਹ ਉਹਨਾਂ ਦੇ ਆਉਣ ਵਾਲੇ ਅਗਲੇ ਪ੍ਰੋਜੈਕਟ ਦਾ ਟਾਈਟਲ ਹੈ। ਫਿਰ 9 ਜੁਲਾਈ 2018 ਨੂੰ ਅਪਲੋਡ ਕੀਤੀ ਗਈ ਇਸ ਫੋਟੋ ਤੋਂ ਇਹ ਪਤਾ ਲੱਗਿਆ ਕਿ ਅਸ਼ਕੇ ਉਹਨਾਂ ਦੀ ਆਉਣ ਵਾਲੀ ਫਿਲਮ ਦਾ ਟਾਈਟਲ ਹੈ, ਜਿਸ ਦਾ ਇਹ ਪੋਸਟਰ ਹੈ ਜਿਹਦੇ ਵਿੱਚ ਹੱਸਦੇ ਹੋਏ ਸੋਹਣੀਆਂ ਪੱਗਾਂ ਵਾਲੇ ਸਰਦਾਰ ਨਜ਼ਰ ਆਏ ਤੇ ਜਸਵਿੰਦਰ ਭੱਲਾ ਦੇ ਹੱਥ ਇੱਕ ਟਰਾਫੀ ਨਜ਼ਰ ਆਈ। ਇਹਨਾਂ ਚੀਜ਼ਾਂ ਤੋਂ ਇਹ ਜਾਪਦਾ ਹੈ ਕਿ ਫਿਲਮ ਭੰਗੜੇ ਦੇ ਉੱਤੇ ਬੇਸਡ ਹੋਵੇਗੀ। ਹੁਣ ਤੱਕ ਇਸ ਫਿਲਮ ਦੇ 3 ਪੋਸਟਰ ਸ਼ੇਅਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਟੀਵੀ ਐਕਟਰੈਸ ਸੰਜੀਦਾ ਸ਼ੇਖ ਵੀ ਨਜ਼ਰ ਆਈ। ਇਹ ਫਿਲਮ ਰਿਦਮ ਬੋਇਜ਼ ਐਂਟਰਟੇਨਮੈਂਟ ਬੈਨਰ ਦੇ ਅੰਡਰ ਬਣੀ ਫਿਲਮ ਹੈ, ਜਿਸ ਦੀ ਰਿਲੀਜ਼ ਡੇਟ 27 ਜੁਲਾਈ 2018 ਪਹਿਲੇ ਹੀ ਦਿਨ ਦੱਸ ਦਿੱਤੀ ਗਈ, ਪਰ ਹੋਰ ਕੋਈ ਡਿਟੇਲਸ ਇਸ ਨੂੰ ਲੈ ਕੇ ਇਸ ਟੀਮ ਨੇ ਜਾਂ ਅਮਰਿੰਦਰ ਗਿੱਲ ਨੇ ਸ਼ੇਅਰ ਨਹੀਂ ਕੀਤੀਆਂ। ਬਾਲੀਵੁੱਡ ਦੇ ਵਿੱਚ ਆਏ ਦਿਨ ਵੱਖਰੇ ਐਕਸਪੈਰੀਮੈਂਟਸ ਕੀਤੇ ਜਾ ਰਹੇ ਨੇ, ਪਰ ਇਸ ਫਿਲਮ ਦੇ ਨਾਲ ਲੱਗਦਾ ਇਸ ਫਿਲਮ ਦੀ ਟੀਮ ਨੇ ਕੁਝ ਜ਼ਿਆਦਾ ਹੀ ਵੱਖਰਾ ਸੋਚ ਲਿਆ। ਫਿਲਮ ਨੂੰ ਲੈ ਕੇ ਹਾਲੇ ਤੱਕ ਕੋਈ ਪ੍ਰਮੋਸ਼ਨ ਨਜ਼ਰ ਨਹੀਂ ਆਈ ਤੇ ਟ੍ਰੇਲਰ ਵੀ ਰਿਲੀਜ਼ ਨਹੀਂ ਕੀਤਾ ਗਿਆ, ਪਰ ਅਮਰਿੰਦਰ ਗਿੱਲ ਨੇ ਇਸ ਫਿਲਮ ਦੇ ਰਿਲੀਜ਼ ਤੋਂ 2 ਦਿਨ ਪਹਿਲਾਂ ਇਹ ਪੋਸਟ ਆਪਣੇ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੀ ਤੇ ਲਿਖਿਆ, ਟ੍ਰੇਲਰ ਕੱਲ੍ਹ ਕਹਿੰਦੇ ਆ ਜਾਣਾ, ਮੈਨੂੰ ਵੀ ਹੁਣੇ ਪਤਾ ਲੱਗਾ। ਹੁਣ ਟ੍ਰੇਲਰ ਆਉਂਦਾ ਜਾਂ ਨਹੀਂ ਇਹ ਤਾਂ ਉਹੀ ਜਾਣਨ, ਪਰ ਇਸ ਤੋਂ ਇਲਾਵਾ ਇਸ ਫਿਲਮ ਦਾ ਇੱਕ ਗਾਣਾ ਹੈਂਡਸਮ ਜੱਟਾ ਲੋਕਾਂ ਦੇ ਸਾਹਮਣੇ ਆਇਆ। ਜੋਰਡਨ ਸੰਧੂ ਨੇ ਇਸ ਗਾਣੇ ਨੂੰ ਗਾਇਆ ਤੇ ਉਹਨਾਂ ਨਾਲ ਇਸ ਗਾਣੇ ਦੇ ਵਿੱਚ ਨਜ਼ਰ ਆਈ ਹੈ ਹਿਮਾਂਸ਼ੀ ਖੁਰਾਨਾ। ਫਿਲਮ ਦਾ ਪਹਿਲਾ ਗਾਣਾ ਰਿਲੀਜ਼ ਹੋਇਆ ਉਹਦੇ ਵਿੱਚ ਵੀ ਅਮਰਿੰਦਰ ਗਿੱਲ ਜਾਂ ਸੰਜੀਦਾ ਸ਼ੇਖ ਦੇਖਣ ਨੂੰ ਨਹੀਂ ਮਿਲੇ। ਅਸ਼ਕੇ ਨੂੰ ਲੈ ਕੇ ਅਮਰਿੰਦਰ ਗਿੱਲ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਇਹ ਤਾਂ ਉਹੀ ਜਾਣਨ, ਪਰ ਲੋਕਾਂ ਦੇ ਦਿਮਾਗ ਵਿੱਚ ਕਈ ਕੁਛ ਚੱਲ ਰਿਹਾ। ਕਈਆਂ ਨੂੰ ਤਾਂ ਹਾਲੇ ਤੱਕ ਇਹ ਵੀ ਕਲੀਅਰ ਨਹੀਂ ਕਿ ਅਸ਼ਕੇ ਗਾਣਾ ਹੈ ਜਾਂ ਫਿਲਮ। ਅਸ਼ਕੇ ਨੂੰ ਲੈ ਕੇ ਇਸ ਟੀਮ ਨੇ ਲਗਾਤਾਰ ਕਿਉਰਿਓਸਿਟੀ ਬਣਾਈ ਹੋਈ ਹੈ, ਪਰ ਕੀ ਇਹ ਸਹੀ ਤਰੀਕਾ ਹੈ ਲੋਕਾਂ ਲਈ ਕੁਛ ਲੈ ਕੇ ਆਉਣ ਦਾ, ਬਿਨਾਂ ਟ੍ਰੇਲਰ ਦਿਖਾਏ ਸਿੱਧਾ ਫਿਲਮ ਦਿਖਾਉਣ ਦਾ, ਜਾਂ ਫਿਰ ਫਿਲਮ ਦੇ ਰਿਲੀਜ਼ ਤੋਂ 1 ਦਿਨ ਪਹਿਲਾਂ ਟ੍ਰੇਲਰ ਰਿਲੀਜ਼ ਕਰਨ ਦਾ? ਰਿਦਮ ਬੋਇਜ਼ ਐਂਟਰਟੇਨਮੈਂਟ ਅਤੇ ਅਮਰਿੰਦਰ ਗਿੱਲ ਨੂੰ ਲੋਕ ਬਹੁਤ ਪਿਆਰ ਦਿੰਦੇ ਨੇ ਅਤੇ ਉਹਨਾਂ ਦੇ ਕੰਮ ਨੂੰ ਕਾਫ਼ੀ ਸਰਾਉਂਦੇ ਵੀ ਨੇ। ਹੋ ਸਕਦਾ ਇਸ ਗੱਲ ਦਾ ਕੌਨਫੀਡੈਂਸ ਉਹਨਾਂ ਵਿੱਚ ਹੋਵੇ ਜੋ ਫਿਲਮ ਨੂੰ ਲੈ ਕੇ ਉਹ ਇੱਕ ਵੱਖਰੇ ਤਰੀਕੇ ਨਾਲ ਸਾਹਮਣੇ ਆ ਰਹੇ ਨੇ, ਜਾਂ ਫਿਰ ਆਪਣੇ ਕੰਟੈਂਟ ਦੇ ਉੱਤੇ ਇੰਨਾ ਕੌਨਫੀਡੈਂਸ ਹੈ ਉਹਨਾਂ ਨੂੰ ਕਿ ਪ੍ਰਮੋਸ਼ਨ ਦੀ ਉਹ ਲੋੜ ਮਹਿਸੂਸ ਨਹੀਂ ਕਰਦੇ। ਖੈਰ, ਇਹ ਕੌਨਫੀਡੈਂਸ ਕਿਤੇ ਓਵਰ ਕੌਨਫੀਡੈਂਸ ਦੇ ਵਿੱਚ ਬਦਲ ਨਾ ਜਾਵੇ, ਪਰ ਇਹਨਾਂ ਸਾਰੀਆਂ ਗੱਲਾਂ ਦਾ ਤਾਂ ਹੁਣ 27 ਜੁਲਾਈ 2018 ਨੂੰ ਹੀ ਪਤਾ ਲੱਗੇਗਾ। ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਡਾਹ ਫਿਲਮਸ ਨੂੰ।